ਸਟੇਜ ਲੰਘ ਗਈ ਆ ਹੁਣ ਅਸੀਂ ਇਹਨਾਂ ਨੂੰ ਇਹ ਕਹੀਏ ਵੀ ਇਦਾਂ ਕਰੋ ਜਾਣੀ ਉਹਦੇ ਲਈ ਮੈਨੂੰ ਨੀ ਲੱਗਦਾ ਉਹ ਕੁਛ ਹੋਣਾ ਚਲੋ ਕੋਈ ਨੀ ਵੀਰੇ 10 ਮਿੰਟ ਰਹਿ ਗਿਆ ਅਸੀਂ ਸੁਣ ਲਈਏ ਕੁਲਵੰਤ ਸਿੰਘ ਨੂੰ ਮੜ ਜਾ ਹਨਾ ਤੇ ਸੁਣੋ ਕਿਰਪਾਨ ਮੇਰੇ ਸਰੀਰ ਨੂੰ ਕੱਟ ਸਕਦੀ ਮੈਨੂੰ ਨਹੀਂ ਕੱਟ ਸਕਦੀ ਸਰੀਰ ਕੱਟਿਆ ਜਾਏਗਾ ਅੰਦਰ ਦਾ ਨਹੀਂ ਕੱਟਿਆ ਜਾ ਸਕਦਾ ਇਸ ਕਰਕੇ ਇਹ ਗੁਰਪ੍ਰਤਾਪ ਸੂਰਜ ਵਿੱਚ ਵੀ ਲਿਖਿਆ ਵੀ ਜਦੋਂ ਤਲਵਾਰ ਚੱਲੀ ਉਹ ਤਲਵਾਰ ਵਿੱਚੋਂ ਦੀ ਲੰਘਦੀ ਸਿਰ ਨਹੀਂ ਕੱਟਿਆ ਗਿਆ ਹੁਣ ਆਹ ਦੇਖੋ ਜਾਣੀ ਹਰ ਹਰ ਗਪੌੜ ਜਿਹੜੀ ਆ ਨਾ ਹੁਣ ਸੂਰਜ ਪ੍ਰਕਾਸ਼ ਲਿਖਿਆ ਆ ਵੀ ਜਦੋਂ ਕਿਰਪਾਨ ਚੱਲੀ ਕਿਰਪਾਨ ਲੱਗ ਗਈ ਸਿਰ ਕੱਟਿਆ ਨਹੀਂ ਗਿਆ ਠੀਕ ਆ ਹੁਣ ਉਹਦੀ ਵਿਆਖਿਆ ਦੇਖਿਓ ਇਹਨ ਵਿਆਖਿਆ ਕੀ ਕਰਨੀ ਜਦੋਂ ਕੋਈ ਗੱਲ ਕਹੀ ਜਾਂਦੀ ਨਾ ਕਿਸੇ ਪੱਖ ਵਿਚ ਕਹੀ ਜਾਂਦੀ ਉਹਨੂੰ ਵਿਚਾਰਨਾ ਚਾਹੀਦਾ ਉਹਦਾ ਮਤਲਬ ਇਹ ਨਹੀਂ ਸੀ ਵੀ ਆਹ ਸਿਰ ਨਹੀਂ ਕੱਟਿਆ ਗਿਆ ਇਹ ਸਿਰ ਤੇ ਕੱਟਿਆ ਗਿਆ ਉਹ ਕਵੀ ਸੰਤੋਖ ਸਿੰਘ ਕਿਹੜੇ ਸਿਰ ਦੀ ਗੱਲ ਕਰ ਰਹੇ ਨੇ ਜੋ ਅੰਦਰ ਐਸ ਨੀਰੀ ਹੈ ਆਹ ਕਿਰਪਾਨ ਉਹਨੂੰ ਨਹੀਂ ਕੱਟ ਸਕੀ ਉਹ ਸਾਬਤ ਰਹੀ ਹੈ ਜਾਣੀ ਕਿੰਨੀਆਂ ਗੱਪਾਂ ਸੰਤੋਖ ਸਿੰਘ ਨੇ ਮਾਰੀਆਂ ਨੂੰ ਪੁੱਛੇ ਕੁਲਵੰਤ ਸਿੰਘ ਨੂੰ ਗਪੌੜੀਆ ਤੈਨੂੰ ਕਦੋਂ ਦੱਸ ਗਿਆ ਸੰਤੋਖ ਸਿੰਘ ਹਾਂਜੀ ਤੈਨੂੰ ਸੁਪਨਾ ਆਇਆ ਜਾਂ ਤਾਂ ਉਹ ਲਿਖਿਆ ਹੋਵੇ ਵੀ ਉਹ ਇੰਨੀ ਗੱਲ ਜੇ ਸੀਗੀ ਉਹ ਇੰਨੀ ਗੱਲ ਉਹਨੂੰ ਸੰਤੋਖ ਸਿੰਘ ਨੂੰ ਲਿਖਦੇ ਨੂੰ ਜਿੱਥੇ ਉਹ ਇੰਨੇ ਹਜ਼ਾਰਾਂ ਪੰਨੇ ਲਿਖ ਦਿੱਤੇ ਉਹਦੇ ਲਿਖਦੇ ਦੇ ਹੱਥ ਟੁੱਟਦੇ ਸੀ ਤੇ ਭਾਈ ਜਦੋਂ ਕਿਰਪਾਨ ਚੱਲੀ ਆ ਵੀ ਜਿਹੜਾ ਸਰੀਰ ਮਾਤਾ ਜੀ ਦੇ ਪੇਟ ਤੋਂ ਪੈਦਾ ਹੋਇਆ ਸੀ ਜਿਹੜਾ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਬਿੰਦ ਤੋਂ ਪੈਦਾ ਹੋਇਆ ਸੀ ਉਹਦਾ ਸਿਰ ਤਾਂ ਕੱਟਿਆ ਗਿਆ ਪਰ ਜਿਹੜਾ ਜਿਹੜਾ ਰੱਬ ਵਾਲਾ ਜਿਹੜਾ ਗੁਰੂ ਵਾਲਾ ਜਿਹੜਾ ਸੁਰਤ ਵਾਲਾ ਸਰੀਰ ਸੀ ਉਹ ਨਹੀਂ ਕੱਟ ਸਕੇ ਉਹ ਬਿਲਕੁਲ ਇੰਨੀ ਗੱਲ ਉਹਨੂੰ ਲਿਖਣ ਨੂੰ ਕੀ ਹੁੰਦਾ ਸੀ ਬਿਲਕੁਲ ਸਹੀ ਤੇ ਜਾਨੀ ਉਹਨੇ ਗੱਪ ਮਾਰੀ ਆ ਉਹ ਗੱਪ ਦੀ ਵਿਆਖਿਆ ਕਰਨੀ ਉਹਦੇ ਉੱਤੇ ਫਲਸਫੀ ਠੋਕਣੀ ਆ ਜਾਨੀ ਬਿਲਕੁਲ ਹਾਂ ਪਸ਼ੂ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਜਦੋਂ ਬੰਦਾ ਸਿਰ ਦੇ ਦਿੰਦਾ ਨਾ ਆਪਣਾ ਜਦੋਂ ਉਹਦਾ ਅੰਦਰ ਹਿੱਲ ਜਾਂਦਾ ਅੰਦਰ ਹਾਰ ਜਾਂਦਾ ਨਹੀਂ ਇਹ ਗੱਲਾਂ ਤਾਂ ਹੁਣ ਤੁਸੀਂ ਜਿਹੜੀਆਂ ਕਰ ਰਹੇ ਆ ਇਹ ਗੱਲਾਂ ਤਾਂ ਆਮ ਜਿਹੜੇ ਨਾ ਤੁਸੀਂ ਪੱਧਰ ਦੇ ਉੱਤੇ ਜਦੋਂ ਹੁਣ ਫਿਲਮਾਂ ਹਿੰਦੀ ਆ ਹਾਂਜੀ ਉਹਦੇ ਵਿੱਚ ਤੁਸੀਂ ਕਿੰਨੀਆਂ ਕਹਾਣੀਆਂ ਏਦਾਂ ਸੁਣਦੇ ਆ ਵੀ ਔਰਤ ਦਾ ਬਲਾਤਕਾਰ ਹੁੰਦਾ ਚੱਕ ਕੇ ਲੈ ਜਾਂਦੇ ਆ ਆਹੀ ਗੱਲ ਉਹ ਕਹਿੰਦੇ ਅਗਲੀ ਕਹਿੰਦੀ ਸਰੀਰ ਭੋਗ ਲਾ ਮੇਰਾ ਠੀਕ ਹੈ ਮੇਰੀ ਸੁਰਤ ਦੇ ਵਿੱਚ ਉਹ ਆ ਤੁਸੀਂ ਤੂੰ ਕਰ ਨੀ ਸਕਦਾ ਕੁਛ ਬਿਲਕੁਲ ਠੀਕ ਹੈ ਹੁਣ ਇਹਨੂੰ ਇਸ ਤਰੀਕੇ ਨਾਲ ਜਾਣੀ ਦਸਵੰਗਰਾਂ ਦੀ ਪ੍ਰਮੋਸ਼ਨ ਦੇ ਲਈ ਉਹ ਚੀਜ਼ ਨੂੰ ਲਿਆਉਣਾ ਵੀ ਸਾਨੂੰ ਮਿਲਦੀ ਨੀ ਏਦਾਂ ਨੀ ਹੈ ਨਾ ਕਰਨਾ ਚਾਹੀਦਾ ਉਹਦਾ ਮਤਲਬ ਇਹ ਨਹੀਂ ਸੀ ਵੀ ਆਹ ਸਿਰ ਨਹੀਂ ਕੱਟਿਆ ਗਿਆ ਇਹ ਸਿਰ ਤੇ ਉਹ ਕਵੀ ਸੰਤੋਖ ਸਿੰਘ ਕਿਹੜੇ ਸਿਰ ਦੀ ਗੱਲ ਕਰ ਰਹੇ ਨੇ ਜੋ ਅੰਦਰ ਐਸ ਨੀਰੀ ਹੈ ਆਹ ਕਿਰਪਾਨ ਉਹਨੂੰ ਨਹੀਂ ਕੱਟ ਸਕੀ ਉਹ ਸਾਬਤ ਰਹੀ ਹੈ ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਜਦੋਂ ਬੰਦਾ ਸਿਰ ਦੇ ਦਿੰਦਾ ਨਾ ਆਪਣਾ ਜਦੋਂ ਉਹਦਾ ਅੰਦਰ ਹਿੱਲ ਜਾਂਦਾ ਅੰਦਰ ਹਾਰ ਜਾਂਦਾ ਉਹਦੀ ਹਾਰ ਉਦਣ ਹੁੰਦੀ ਹੈ ਸਿਰ ਕੱਟਣ ਨਾਲ ਕਦੀ ਕਿਸੇ ਦੀ ਹਾਰ ਨਹੀਂ ਹੁੰਦੀ ਕਈ ਲੋਕ ਜਿਉਂਦੇ ਨੇ ਕਈ ਲੋਕ ਅੱਜ ਵੀ ਜਿਉਂਦੇ ਨੇ ਕਈ ਲੋਕ 84 ਵਿੱਚ ਸਿਰ ਕਟਾ ਗਏ ਉਹ 84 ਵਾਲੇ ਜਿਉਂਦੇ ਨੇ ਤੇ ਜਿਹੜੇ ਸਿਰ ਆਪਣਾ ਸਰੀਰ ਬਚਾਉਣ ਵਾਸਤੇ ਬਾਹਾਂ ਖੜੀਆਂ ਕਰਕੇ ਆ ਗਏ ਉਹਨਾਂ ਨੂੰ ਕੀ ਕਹੋਗੇ ਜਿਉਂਦੇ ਹੋਣਗੇ ਨਹੀਂ ਉਹਨਾਂ ਬਿੰਦਰਪਾਲ ਵੀ ਏਦਾਂ ਕਰਦਾ ਹੁੰਦਾ ਕਰਕੇ ਹਨਾ ਤੇ ਉਹ ਜਦੋਂ ਕਿਉਂਕਿ ਬੜੀ ਦੁਬਧਾ ਦੀ ਚੱਕੀ ਚ ਫਸੇ ਹੋਆ ਬੰਦੇ ਜਿਹੜੇ ਅੱਜ ਦਸਵੰਗਰਾਂ ਦੇ ਹੱਕ ਵਿਚ ਖੜੇ ਆ ਇਨ੍ਹਾਂ ਨੂੰ ਜਿਹੜੇ ਅੱਜ ਬੰਦੇ ਚਾਹੇ ਬਾਦਲ ਆ ਚਾਹੇ ਧੁੰਮੇ ਹੋਣੀ ਆ ਉਹ ਮਹਿਤੇ ਚਾਵਲੇ ਹੋਣੀ ਆ ਜਿੰਨੇ ਬੰਦੇ ਉਦੋਂ ਬਾਹਾਂ ਖੜੀਆਂ ਕਰਕੇ ਆਏ ਆ ਸਿਸਟਮ ਤੇ ਉਹ ਕਾਬਜੇ ਆ ਉਨ੍ਹਾਂ ਦੇ ਹੱਕ ਚ ਵੀ ਬੋਲਣਾ ਪੈਂਦਾ ਠੀਕ ਹੈ ਪਰ ਜਦੋਂ ਸਿਧਾਂਤ ਦੀ ਗੱਲ ਆਉਂਦੀ ਉਦੋਂ ਗੱਲ ਵੀ ਐਗਜ਼ਾਮਪਲ ਵੀ ਦੇਣੀ ਪੈਂਦੀ ਆ ਠੀਕ ਹੈ ਇਨ੍ਹਾਂ ਨੂੰ ਪੁੱਛੇ ਵੀ ਜੇ ਇੰਨੀ ਗੱਲ ਇਨ੍ਹਾਂ ਨੂੰ ਜੀਂਦੇ ਨਹੀਂ ਮੰਨਦੇ ਉਨ੍ਹਾਂ ਦੇ ਤਲਵੇ ਕਿਉਂ ਚੱਟਦੇ ਫਿਰ ਉਨ੍ਹਾਂ ਦੇ ਕਹਿ ਬਾਦਲ ਹੁਣ ਕਹੋ ਤਾਂ ਇੰਨੀ ਗੱਲ ਠੋਕ ਕੇ ਲੜਦੇ ਆਓ ਤੁਹਾਡੇ ਬਿਲਕੁਲ
ਠੀਕ ਹੈ ਜਸਵੀਰ ਸਿੰਘ ਰੋਡੇ ਉਹਨਾਂ ਨੂੰ ਕਹੋ ਤਾਂ ਭਾਈ ਜੀ ਉਹ ਬੰਦੇ ਕਰਕੇ ਸ਼ਹੀਦ ਹੋ ਗਿਆ ਤੁਹਾਨੂੰ ਕਹਤੇ ਛੱਡ ਦਿੱਤਾ ਫਿਰ ਤੁਸੀਂ ਉਹਨਾਂ ਦੇ ਤਲਵੇ ਵੀ ਚਿੱਟੀ ਜਾਂਦੇ ਬਿਲਕੁਲ ਜਿਉਣਾ ਹੈ ਕਿ ਕੱਲਾ ਇਹਦਾ ਚੱਲਣਾ ਜਿਉਣਾ ਥੋੜੀ ਉਹ ਅੰਦਰ ਦਾ ਸਰੀਰ ਹੈ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਕਲਗੀਧਰ ਪਾਤਸ਼ਾਹ ਬਚਿੱਤਰ ਨਾਟਕ ਵਿੱਚ ਕਹਿੰਦੇ ਨੇ ਦਸਮ ਦੇ ਵਿੱਚ ਤੇ ਸਭ ਤੋਂ ਵੱਡਾ ਪ੍ਰੂਫ ਹੈ ਜੇ ਕੋਈ ਸਿੱਖਾਂ ਦੇ ਕੋਲ ਆਪਣੇ ਹਵਾਲੇ ਨੇ ਨਾ ਸਾਰੇ ਵੀ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਥਾਪਿਆ ਜੇ ਕੋਈ ਹਵਾਲਾ ਮਿਲਣਾ ਤੇ ਤੁਹਾਨੂੰ ਦਸਮ ਪਾਤਸ਼ਾਹ ਦੀ ਬਾਣੀ ਵਿੱਚੋਂ ਮਿਲਣਾ ਹੋਰ ਕਿਤੋਂ ਨਹੀਂ ਕਿਹੜਾ ਆ ਦੇ ਭਾਈ ਜੇ ਤੁਹਾਨੂੰ ਇਹ ਪਤਾ ਲੱਗੇ ਵੀ ਸਿੱਖ ਇੱਕ ਵੱਖਰੀ ਕੌਮ ਹੈ ਤਿਲਕ ਤੇ ਜੰਦੂ ਉਹਨਾਂ ਦਾ ਚਿੰਨ੍ਹ ਨਹੀਂ ਤੇ ਇਹ ਤੁਹਾਨੂੰ ਬਚਿੱਤਰ ਨਾਟਕ ਵਿੱਚੋਂ ਪਤਾ ਲੱਗਣਾ ਹੋਰ ਕਿਤੇ ਨਹੀਂ ਲੱਗਣਾ ਜਾਣੀ ਉਹ ਇੱਕ ਪੰਕਤੀ ਜਿਹੜੀ ਨਾ ਵੀ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਉਹ ਪੰਕਤੀ ਇਹ ਡਿਸਾਈਡ ਕਰਦੀ ਆ ਵੀ ਅਸੀਂ ਵੱਖਰੀ ਕੌਮ ਮੈਂ ਲਾਣ ਤੇ ਤੁਹਾਡੇ ਜਿੱਦਣ ਜਨੇਊ ਤੋਂ ਜਵਾਬ ਦੇ ਦਿੱਤਾ ਇਹਨਾਂ ਦੇ ਇਹਨੂੰ ਪੁੱਛੇ ਵੀ ਤੁਹਾਡੇ ਲੱਗਦੇ ਤੁਹਾਡੇ ਪੇ ਨੇ ਸੰਤੋਖ ਸਿੰਘ ਨੇ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਜਨੇਊ ਵੀ ਪਵਾ ਦਿੱਤਾ ਹੁਣ ਤੁਸੀਂ ਆ ਪੰਕਤੀ ਲਿਆ ਕੇ ਕਹੀ ਜਾਂਦੇ ਆ ਨਹੀਂ ਇਹ ਗੱਲ ਹੀ ਬਣਦੀ ਹਾਂਜੀ ਬਿਲਕੁਲ ਹੁਣ ਗੁਰੂ ਪਾਤਸ਼ਾਹ ਦੀ ਇੱਕ ਗੱਲ ਨੇ ਸਾਰਾ ਕੁਛ ਸਾਡਾ ਤਾਂ ਮੁੱਢ ਤੋਂ ਸਾਰਾ ਕੁਛ ਵੱਖਰਾ ਆ ਬਿਲਕੁਲ ਆਪ ਤੁਸੀਂ ਸਾਰੇ ਕੰਮ ਹਿੰਦੂ ਵਾਲੇ ਕਰੀ ਜਾਂਦੇ ਆ ਠੀਕ ਹੈ ਜਿੰਨੇ ਟਕਸਾਲੀ ਆ ਜਿੰਨੇ ਡੇਰੇਦਾਰ ਆ ਦਸਮ ਗ੍ਰੰਥ ਨੂੰ ਮੰਨਣਾ ਬਚਿੱਤਰ ਨਾਟਕ ਨੂੰ ਮੰਨਣਾ ਹੀ ਹਿੰਦੂ ਹੋਣਾ ਹੈ ਬਿਲਕੁਲ ਜੀ ਇੱਕ ਵੀ ਚੀਜ਼ ਉਹਦੇ ਵਿੱਚ ਐਸੀ ਨਹੀਂ ਹੈਗੀ ਜਿਹੜੀ ਸਾਨੂੰ ਹਿੰਦੂ ਧਰਮ ਤੋਂ ਵੱਖ ਕਰਦੀ ਹੈ ਬਸ ਲੋਕਾਂ ਨੂੰ ਬੇਵਕੂਫ ਬਣਾਈ ਜਾਣਾ ਤੁਸੀਂ ਬਿਲਕੁਲ ਬਿਲਕੁਲ ਜਿੰਨਾ ਜਿੱਦਾਂ ਦੇ ਕਰਮ ਕਾਂਡ ਅਸੀਂ ਕਰ ਰਹੇ ਹਾਂ ਠੀਕ ਹੈ ਪਰ ਖੈਰ ਜਿਹੜੇ ਇੱਕ ਦੋ ਨੁਕਤੇ ਨੂੰ ਕਰਨੇ ਸੁਣ ਲਈਏ ਆਪਾਂ ਮੈਂ ਤੁੱਕ ਪੜ੍ਹ ਦੇਣਾ ਤੁਸੀਂ ਸਾਰੇ ਤੁਹਾਨੂੰ ਯਾਦ ਆ ਇਸ ਸਾਲ ਜਦੋਂ ਗੁਰਪੁਰਬ ਸ਼ਹੀਦੀ ਆਉਂਦਾ ਉਦੋਂ ਸੁਣਦੇ ਹੋ ਤਿਲਕ ਜੰਦੂ ਰਾਖਾ ਪ੍ਰਭ ਤਾਂ ਕਾ ਦਾ ਮਤਲਬ ਕੀ ਹੈ ਉਹਨਾਂ ਦਾ ਇਸ ਤੁਕ ਨੇ ਸਿੱਖ ਕੌਮ ਨੂੰ ਹਿੰਦੂ ਮਤ ਤੋਂ ਵੱਖਰਾ ਕਰ ਦਿੱਤਾ ਕਿ ਤਿਲਕ ਤੇ ਜੰਦੂ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਕੁਰਬਾਨੀ ਕੀਤੀ ਹੈ ਪਰ ਤਿਲਕ ਤੇ ਜੰਦੂ ਹਿੰਦੂਆਂ ਦਾ ਚਿੰਨ੍ਹ ਹੈ ਸਿੱਖਾਂ ਦਾ ਚਿੰਨ੍ਹ ਨਹੀਂ ਹੈ ਨਹੀਂ ਨਹੀਂ ਭਾਈ ਹੁਣ ਹੁਣ ਜਦੋਂ ਅਸੀਂ ਦਸਮ ਗ੍ਰੰਥ ਦੇ ਵਿੱਚ ਕਹਿੰਦੇ ਹਾਂ ਵੀ ਕਿਸ਼ਨ ਬਿਸ਼ਨ ਕਬੂ ਹੋਣਾ ਧਿਆਉ ਠੀਕ ਆ ਵੀ ਕਿਸ਼ਨ ਨੂੰ ਤੇ ਵਿਸ਼ਨੂੰ ਨੂੰ ਮੈਂ ਨਹੀਂ ਧਿਆਉਂਦਾ ਜਿਹੜਾ ਸ਼ਿਵ ਜੀ ਨੂੰ ਮੰਨਣੇ ਵਾਲਾ ਆ ਉਹ ਨਾ ਕ੍ਰਿਸ਼ਨ ਨੂੰ ਧਿਆਉਂਦਾ ਆ ਨਾ ਵਿਸ਼ਨੂੰ ਨੂੰ ਧਿਆਉਂਦਾ ਆ ਹਾਂਜੀ ਠੀਕ ਹੈ ਜਿਹੜਾ ਰਾਮ ਨੂੰ ਮੰਨਣੇ ਵਾਲਾ ਆ ਉਹ ਸ਼ਿਵ ਜੀ ਨੂੰ ਨਹੀਂ ਧਿਆਉਂਦਾ ਹਾਂਜੀ ਹੁਣ ਜਿਹੜਾ ਦੋਹਰਾ ਵੀ ਅਸੀਂ ਪੜ੍ਹਦੇ ਹਾਂ ਰਾਮ ਰਹੀਮ ਪੁਰਾਣ ਕਰਾਣਾ ਨੇ ਇੱਕ ਨੇ ਮਤ ਇੱਕ ਨਾ ਮਾਨਿਓ ਉਹ ਦੇਖੋ ਉਹ ਗੱਲਾਂ ਉਹਨਾਂ ਦੇ ਆਪਣੇ ਅੰਦਰੂਨੀ ਧਰਮ ਦੀਆਂ ਆ ਹਿੰਦੂ ਧਰਮ ਦੀਆਂ ਹਾਂਜੀ ਕਿਉਂਕਿ 33 ਕਰੋੜ ਦੇਵਤੇ ਆ ਇੱਕ ਨੂੰ ਮੰਨਣ ਵਾਲਾ ਦੂਜੇ ਨੂੰ ਨਹੀਂ ਮੰਨ ਰਿਹਾ ਅਸੀਂ ਐਵੇਂ ਚੱਕ ਕੇ ਖੁਸ਼ ਹੋਈ ਜਾਂਦੇ ਹਾਂ ਉਹਨਾਂ ਦੀਆਂ ਦਲੀਲਾਂ ਕਾਤੇ ਦੇਈ ਜਾਂਦੇ ਹਾਂ ਬਿਲਕੁਲ ਸਾਨੂੰ ਗੁਰੂ ਗ੍ਰੰਥ ਸਾਹਿਬ ਇਹਦਾ ਮਤਲਬ ਨੌ ਪਾਤਸ਼ਾਹੀਆਂ ਨੂੰ ਕੋਈ ਫੈਸਲਾ ਨਹੀਂ ਕੀਤਾ ਵੀ ਅਸੀਂ ਹਿੰਦੂਆਂ ਤੋਂ ਵੱਖਰੇ ਹਾਂ ਜੇ ਦਸਵਾਂ ਤਾਂ ਨਾਂ ਲਿਖਿਆ ਜਾਂਦਾ ਉਹ ਤਾਂ ਸਰਸਾ ਚ ਰੁੜ ਗਿਆ ਸੀ ਉਹ ਤਾਂ ਚੱਕ ਕੇ ਦਮਦਮਾ ਸਾਹਿਬ ਬੈਠ ਕੇ ਜਦੋਂ ਇਹ ਮੱਸਾ ਰੰਗੜ ਦਾ ਸਿਰ ਲਾ ਕੇ ਗਏ ਉਦੋਂ ਫੈਸਲਾ ਹੋਇਆ ਵੀ ਇਕੱਠਾ ਕਰੋ ਹਾਂਜੀ ਹੁਣ ਜੇ ਸਰਸਾ ਨਦੀ ਚ ਉਸ ਵੇਲੇ ਰੁੜਿਆ ਨਾ ਹੱਥ ਆਉਂਦਾ ਸਾਡੇ ਤੇ ਹੱਦ ਹੋ ਗਏ ਸਾਨੂੰ ਤਾਂ ਪਤਾ ਨਹੀਂ ਸੀ ਲੱਗਣਾ ਪੈਸੀ ਹਿੰਦੂਆਂ ਤੋਂ ਵੱਖਰੇ ਬਿਲਕੁਲ ਜੀ ਪੌਣੇ 200 ਸਾਲ ਤੱਕ ਛੇਵੇਂ ਪਾਤਸ਼ਾਹ ਦੀ ਸ਼ਹੀਦੀ 1675 ਚ ਹੁੰਦੀ ਆ 250 ਸਾਲ ਬਣ ਜਾਂਦੇ ਆ ਸੋਰੀ ਹਾਂ 1469 ਤੋਂ 2 ਸਾਲ ਬਣਦੇ ਆ ਠੀਕ ਆ ਭਾਈ ਇੰਨੇ 200 ਸਾਲ ਤੱਕ ਸਿੱਖਾਂ ਨੂੰ ਪਤਾ ਹੀ ਨਹੀਂ ਲੱਗਾ ਪਿਆ ਅਸੀਂ ਹਿੰਦੂਆਂ ਤੋਂ ਵੱਖਰੇ ਜੇ ਨਾ ਉਹ ਸਮਝਿਆ ਜਾਂਦਾ ਸਰਸਾ ਦੇ ਵਿੱਚੋਂ ਰੁੜਿਆ ਨਾ ਹੱਥ ਆਉਂਦਾ ਬਸ ਪਤਾ ਨਹੀਂ ਲੱਗਣਾ ਪਤਾ ਹੀ ਨਹੀਂ ਸੀ ਲੱਗਣਾ ਹਨਾ ਇਹਨੂੰ ਕਿਵੇਂ ਬ੍ਰਾਹਮਣ ਦੀ ਬਾਣੀ ਕਹੋਗੇ ਤੇ ਬ੍ਰਾਹਮਣਵਾਦ ਨੂੰ ਕੱਟਦੀ ਮਾਰ ਲਾ
ਸਗੋਂ ਉਹ ਤੇ ਇਹੀ ਰੋਣਾ ਰੋ ਰਹੇ ਨੇ ਵੀ ਕਿਸੇ ਤਰ੍ਹਾਂ ਇਹ ਸਿੱਧ ਕਰੋ ਸਾਡੇ ਵਿੱਚੋਂ ਨਿਕਲੇ ਨੇ। ਇਹ ਬਾਣੀ ਉਹਨੂੰ ਤੋੜਦੀ ਵਿਚਾਰ ਨੂੰ ਕਿ ਸਾਡੇ ਵਿੱਚੋਂ ਨਹੀਂ ਨਿਕਲੇ, ਇਹ ਵੱਖਰੇ ਨੇ। ਤਿਲਕ ਜਨੂ ਰਾਖਾ ਪ੍ਰਭਤਾਂ ਕਾ, ਉਹਨਾਂ ਦਾ ਸਾਡਾ ਨਹੀਂ ਹੈ। ਇਹ ਸਾਰੇ ਪ੍ਰੂਫ ਨੇ। ਭੰਗਾਣੀ ਦਾ ਯੁੱਧ ਹੋਇਆ ਹੈ, ਕੌਣ ਕੌਣ ਬੰਦਾ ਲੜਿਆ, ਹਰੀਚੰਦ ਨਾਲ ਕਿਵੇਂ ਲੜਾਈ ਹੋਈ ਹੈ, ਇਹ ਤੁਹਾਨੂੰ ਦਸਮ ਪਾਣੀ ਬਾਣੀ ਦੱਸੇਗੀ। ਸਭ ਤੋਂ ਵੱਡਾ ਪ੍ਰੂਫ 14 ਲੜਾਈਆਂ ਹੋਈਆਂ ਸਾਨੂੰ ਸਾਨੂੰ ਬੱਚੇ ਸਰਹੰਦ ਦੇ ਵਿਚ ਜੋ ਹੋਇਆ, ਚਮਕੌਰ ਦੇ ਵਿਚ ਹੋਇਆ, ਠੀਕ ਹੈ, ਸਰਸਾ ਤੇ ਵਿਛੋੜਾ ਹੋਇਆ। ਹਾਂਜੀ, ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਬਾਰੇ ਕੌਣ ਦੱਸੂ ਸਾਨੂੰ? ਬਿਲਕੁਲ ਜੀ। ਹੁਣ ਜਾਣੀ ਜਿਹੜਾ 1430 ਪੰਨੇ ਜਾਣੀ ਇਹਨਾਂ ਨੂੰ ਪੁੱਛੇ ਬਦਬਖਤ, ਉਹ ਸਿਰਫ ਇਸੇ ਕਰਕੇ ਲਿਖਦੇ ਤੇ ਭੰਗਾਣੀ ਦੇ ਯੁੱਧ ਬਾਰੇ ਹਾਲ ਲਿਖਣਾ ਉਹਦੇ ਵਿਚ? ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਬਾਰੇ ਕਿਉਂ ਨੀ ਲਿਖਿਆ ਉਹਦੇ ਵਿਚ? ਪਹਿਲੇ ਪਾਤਸ਼ਾਹ ਦੀਆਂ ਉਦਾਸੀਆਂ ਕਿਉਂ ਨੀ ਲਿਖੀਆਂ? ਜਦੋਂ ਭਾਈ ਲਹਿਣਾ ਜੀ ਦੀ ਚੋਣ ਹੋਈ ਆ, ਉਸ ਵੇਲੇ ਕਿਹੜਾ ਪ੍ਰੋਸੈਸ ਲਾਇਆ ਗਿਆ, ਉਹ ਕਿਉਂ ਨੀ ਲਿਖਿਆ ਦਸਵੇਂ ਪਾਤਸ਼ਾਹ ਨੇ? ਹਾਂਜੀ, ਉਹ ਗ੍ਰੰਥ ਸਾਰਾ ਬਾਲੇ ਵਾਲੀ ਜਨਮ ਸਾਖੀ ਤੇ ਕਵੀ ਸੰਤੋਖ ਸਿੰਘ ਨੂੰ ਲਿਖਾ ਦਿੱਤਾ, ਉਹ ਦੋ ਚਾਰ ਉਦਾਹਰਣਾਂ ਚੱਕ ਕੇ, ਠੀਕ ਹੈ, ਮੋਹਰੇ ਜਿੱਦਾਂ ਦੇ ਬੀਜੂ ਬੈਠੇ ਆ ਠਾਕਰ ਸਿੰਘ ਨੂੰ ਸੁਣਨੇ ਵਾਲੇ, ਉਹਨਾਂ ਦਾ ਸਰਜਣਾ, ਪਰ ਸਾਡਾ ਕੰਸਰਨ ਜਿਹੜਾ ਧੁੰਦਾ ਤੇ ਪੰਥ ਪ੍ਰੀਤ ਦੇ ਨਾਲ ਆ, ਇਸੇ ਸਟੇਜ ਦੇ ਉੱਤੇ ਉਹਨਾਂ ਨੇ ਭਾਈ ਅਗਲੀ ਵਾਰ ਆਉਣਾ। ਆਹ ਜ਼ਰੂਰ ਸੁਣ ਲਿਓ, ਇਹ ਕੁਲਵੰਤ ਸਿੰਘ ਇਹ ਗੱਲਾਂ ਦੇ ਜਵਾਬ ਦੇਣ ਉੱਥੋਂ ਜਾਣਾ, ਤੇ ਬਕਵਾਸ ਆ ਇਹ ਗੱਲ ਸੱਚ ਨਹੀਂ ਹੈ, ਉਹਦੀ ਵੀਡੀਓ ਚਾਹੀਦੀ ਹੈ ਸਾਨੂੰ। ਕਿੱਥੋਂ ਲਓਗੇ? ਹਾਂ, ਜਿਹੜਾ ਸਿੱਖ ਇੱਕ ਦੂਜੇ ਨੂੰ ਮਿਲਦਾ ਪਿਆਰ ਨਾਲ ਤੇ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹ ਕਿੱਥੋਂ ਲਓਗੇ? ਗੁਰੂ ਗ੍ਰੰਥ ਸਾਹਿਬ ਤੇ ਸੁਪਰੀਮ ਨੇ, ਗੁਰੂ ਗ੍ਰੰਥ ਸਾਹਿਬ ਤੇ ਜੋਤ ਨੇ, ਆਪਾਂ ਆਪ ਕਹਿੰਦੇ ਹਾਂ। ਲਓ ਭਾਈ ਸਰੋਤਿਓ, ਇਹ ਵੀ ਖਿਆਲ ਕਰ ਲਿਓ, ਹੁਣ ਸਾਨੂੰ ਦੁਬਾਰਾ ਵਿਚਾਰਨਾ ਪੈਣਾ ਵੀ ਜਿਹੜੀ ਫਤਿਹ ਦੀ ਵੀ ਗੱਲ ਆ ਨਾ। ਹਾਂਜੀ, ਹੁਣ ਜੇ ਇਹ ਗੱਲਾਂ ਜਿਹੜੀ ਸੰਨੜ ਡਰ ਕੱਢਣਾ ਪੈਣਾ ਮਨ ਚੋਂ। ਹਾਂਜੀ, ਖਿਆਲ ਰੱਖਿਓ, ਜਿਹੜੇ ਬੰਦੇ ਕਈ ਵਾਰੀ ਕਹਿੰਦੇ ਨਾ ਵੀ ਭਾਜੀ ਹੁਣ ਗਹਾਂ ਨਾ ਕੋਈ ਗੱਲ ਕਰਿਓ ਜੀ, ਉਹਨਾਂ ਨੂੰ ਬੇਨਤੀ ਹੈ ਤੁਸੀਂ ਨਾ ਹੀ ਸਾਨੂੰ ਸੁਝਾ ਦਿਆ ਕਰੋ ਕੋਈ, ਕਿਉਂਕਿ ਅਗਲੇ ਤਾਂ ਜਿਨ੍ਹਾਂ ਚੀਜ਼ਾਂ ਨੂੰ ਤੁਸੀਂ ਕਹਿ ਰਹੇ ਹਾਂ, ਤੁਸੀਂ ਮਾਨਤਾ ਦੇ ਰਹੇ ਹਾਂ, ਉਹਨਾਂ ਦਾ ਡਰਾਵਾ ਦੇ ਕੇ ਆਮ ਲੋਕਾਂ ਨੂੰ ਕਹਿ ਰਹੇ ਆ ਉਹ, ਵੀ ਹੁਣ ਤਾਂ ਫਤਿਹ ਦੀ ਗੱਲ ਆ। ਅਗਲੇ ਕਹਿੰਦੇ ਵੀ ਜੇ ਫਤਿਹ ਅਸੀਂ ਦਸਵੇਂ ਹੱਥ ਨਾ ਰੱਖਿਆ ਤੇ ਫਤਿਹ ਕਿੱਥੋਂ ਲਵਾਂਗੇ? ਹੁਣ ਜੇ ਸਾਡੇ ਚ ਹਿੰਮਤ ਨਾ ਹੋਈ ਤੇ ਭਾਈ, ਜੇ ਇਹ ਸਾਨੂੰ ਇਹ ਲੱਗਦਾ ਵੀ ਉੱਥੋਂ ਆਈ ਆ ਫਤਿਹ ਨਾ ਹੋਈ ਤਾਂ ਵੀ ਕੀ ਆ? ਇਹਦਾ ਨੌ ਪਾਤਸ਼ਾਹੀਆਂ ਕਿੱਦਾਂ ਬੁਲਾਉਂਦੀਆਂ ਸੀ ਇੱਕ ਦੂਜੇ ਨੂੰ? ਹਰੇਕ ਗੱਲ ਦੇ ਉੱਤੇ ਸਵਾਲ ਇਹੀ ਮੁੜ ਮੁੜ ਆਉਂਦਾ, ਪਹਿਲੀਆਂ ਨੌ ਪਾਤਸ਼ਾਹੀਆਂ ਵੇਲੇ ਸਿੱਖ ਕਿੱਦਾਂ ਬੁਲਾਉਂਦਾ ਸੀ ਆਪਣੇ ਆਪ ਨੂੰ? ਇਹਨਾਂ ਨੇ ਹਰ ਚੀਜ਼ ਉਹ ਜਿਹੜੀ ਦਸਵੇਂ ਪਾਤਸ਼ਾਹ ਨੂੰ ਪਹਿਲੀਆਂ ਨੌ ਪਾਤਸ਼ਾਹੀਆਂ ਨਾਲੋਂ ਜੋੜਦੀ ਆ, ਔਰ ਹਿੰਦੂ ਜਿਹੜਾ ਹਿੰਦੂ ਸਕੂਲ ਆਫ ਥਾਟ ਆ ਉਹਦੇ ਲਾਗੇ ਲੈ ਕੇ ਜਾ ਰਹੀ ਆ, ਉਹਨੂੰ ਸਿੱਖੀ ਬਣਾ ਕੇ ਸਾਡੇ ਸਿਰ ਤੇ ਮੜਦੇ ਜਾ ਰਹੇ ਆ। ਬਿਲਕੁਲ, ਜੇ ਹਿੰਮਤ ਨਾ ਕੀਤੀ ਅਸੀਂ, ਸਾਨੂੰ ਚਾਹੇ ਉਹ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਅੰਦਰ ਜੋ ਕੁਛ ਅਸੀਂ ਕਰ ਰਹੇ ਹਾਂ, ਅਰਦਾਸ ਦੀ ਗੱਲ ਆ, ਦੋਹਰੇ ਦੀ ਗੱਲ ਆ, ਜਿਹੜੀ ਵੀ ਇਹ ਗੱਲ ਕਹਿੰਦੇ ਆ ਨਾ ਕਿ ਸਾਨੂੰ ਦਸਵੇਂ ਗ੍ਰੰਥ ਚੋਂ ਮਿਲੀ ਆ, ਸਾਨੂੰ ਸਵਾਲ ਕਰਨਾ ਪੈਣਾ ਇਹਨਾਂ ਦੇ ਉੱਤੇ ਤੇ ਪਹਿਲੀਆਂ ਨੌ ਪਾਤਸ਼ਾਹੀਆਂ ਦੇ ਵੇਲੇ ਕੀ ਸੀ, ਕਿਉਂ ਦਸਵੇਂ ਪਾਤਸ਼ਾਹ ਨੂੰ ਲੋੜ ਪਈ ਤੇ ਉਹਨਾਂ ਸਾਰਿਆਂ ਤੋਂ ਵੱਖਰਾ ਕਰਨਾ ਆ, ਹਾਂਜੀ ਸਵਾਲ ਕਰਨਾ ਪੈਣਾ, ਔਰ ਜਿੱਦਣ ਕਰ ਦਿੱਤਾ ਉਦਣ ਇਹਨਾਂ ਦੇ ਗਲੇ ਚ ਅੰਗੂਠਾ ਆਉਣਾ। ਜੁਗਤ ਤੁਹਾਨੂੰ ਦਸਮ ਪਾਤਸ਼ਾਹ ਤੋਂ ਲੈਣੀ ਪੈਣੀ, ਇਹ ਕਿੱਥੋਂ ਲਵਾਂਗੇ? ਹਰ ਇੱਕ ਚੀਜ਼ ਹੈ ਤੁਹਾਡੀ, ਤੁਸੀਂ ਹੁਣ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖਲੋਣਾ, ਅਰਦਾਸ ਕਰਨੀ, ਅਰਦਾਸ ਕਿੱਥੋਂ ਲਿਆਓਗੇ? ਕਿਹੜੀ ਥਾਂ ਤੋਂ ਲਿਆਓਗੇ ਅਰਦਾਸ? ਇਹ ਤਾਂ ਜਦੋਂ 1984 ਦੇ ਵਿਚ ਸਰਕਾਰ ਨੇ ਵੇਖਿਆ ਵੀ ਇਹ ਗੰਨਾਂ ਨਾਲ ਗੋਲੀਆਂ ਨਾਲ ਨਹੀਂ ਮਰਦੇ, ਇਹ ਮਰਨਗੇ ਇਹਨਾਂ ਦੇ ਵਿਚ ਦੁਬਧਾ ਪਾ ਦਿਓ, ਤਾਂ ਹੀ ਉਹ ਸਾਰੀਆਂ ਦੁਬਧਾ ਪਾਈਆਂ ਗਈਆਂ। ਕਦੀ ਕੋਈ ਪੈ ਜਾਂਦੀ, ਕਦੀ ਕੋਈ ਆ, ਇਸ ਸਾਲ ਗੁਰਪੁਰਬ ਦੀ ਪਾ ਦਿੰਦੇ ਨੇ, ਕਦੀ ਕੋਈ ਪਾ ਦਿੰਦੇ ਨੇ, ਵੀ ਆਪਸ ਵਿਚ ਭਿੜੀ ਜਾਣਗੇ, ਪਾਰਟੀਆਂ ਬਣਾ ਕੇ ਲੜੀ ਜਾਣਗੇ ਆਪਸ ਵਿਚ, ਦੁਫੇੜ ਬਣੇਗੀ, ਤਾਕਤ ਘਟੇਗੀ ਇਹਨਾਂ ਦੀ। ਇਹ
ਧਾਰਨਾ ਆ, ਇਹ ਤਾਂ ਤੁਹਾਡੀ ਮਾਨਤਾ ਆ ਭਾਈ, ਮਨੌਤ ਆ, ਤੁਸੀਂ ਬਣਾ ਲਈ ਲੋਕਾਂ ਦੇ ਸਿਰ ਮੱਢ ਕੇ ਰੱਖਣੀ ਨੂੰ। ਆਪਾਂ ਬਸ ਕਰੀਏ ਹੁਣ, ਬਹੁਤਾ ਟਾਈਮ ਇਹਦੇ ਉੱਤੇ ਨਾ, ਆਹੀ ਏਦਾਂ ਦੀਆਂ ਜਬਲੀਆਂ ਅਲਮਾਰੀਆਂ ਜਿੰਨੀਆਂ ਵੀ ਹੈਗੀਆਂ ਇਹਨਾਂ ਦੇ ਉੱਤੇ ਸਾਡਾ ਮੰਨਣਾ ਇਹੀ ਆ ਜੀ, ਭਈ ਇਹ ਜਿਹੜੇ ਸਾਡੇ ਵਿਦਵਾਨ ਆ ਉਹ ਜਾ ਕੇ ਜਦੋਂ ਵੀ ਉਹ ਸਟੇਜ ਦੇ ਉੱਤੇ ਜਾਣ, ਇਹ ਗੱਲਾਂ ਦੇ ਜਵਾਬ ਜ਼ਰੂਰ ਦੇਣ। ਹਾਂਜੀ, ਠੀਕ ਹੈ ਜੀ, ਬਿਲਕੁਲ। ਤੇ ਬਾਕੀ ਇਹ ਗੱਲਾਂ ਨੂੰ ਸਾਨੂੰ ਪਤਾ ਆ ਭਈ ਜੋ ਕੁਛ ਹਿੰਦੂ ਧਰਮ ਦਾ ਲਿਆ ਕੇ ਸਾਡੇ ਸਿਰ ਤੇ ਮੜਿਆ ਜਾਣਾ ਸੀ, ਉਹ ਬਾਲੇ ਵਾਲੀ ਜਨਮ ਸਾਖੀ, ਸੂਰਜ ਪ੍ਰਕਾਸ਼ ਤੇ ਬਚਿੱਤਰ ਨਾਟਕ, ਇਹਦੇ ਰਾਹੀਂ ਮੜਿਆ ਗਿਆ ਹੈ। ਬਿਲਕੁਲ, ਉਹ ਚਾਹੇ ਅਰਦਾਸ ਦੀ ਗੱਲ ਆ, ਚਾਹੇ ਦੋਹਰੇ ਦੀ ਗੱਲ ਆ, ਸਾਨੂੰ ਸਾਰਾ ਕੁਛ ਛੱਡ ਕੇ ਕੱਲੀ ਕੱਲੀ ਚੀਜ਼, ਜਾਣੀ ਗੁਰੂ ਸਾਹਿਬ ਬਸਿਆ ਬਸਾਇਆ ਕਰਤਾਰਪੁਰ ਛੱਡ ਰਹੇ ਆ, ਗੁਰੂ ਸਾਹਿਬ ਆਪਣੇ ਪੁੱਤਰ ਛੱਡ ਰਹੇ ਆ, ਬਿਲਕੁਲ ਛੇਵੇਂ ਪਾਤਸ਼ਾਹ ਦਰਬਾਰ ਸਾਹਿਬ ਛੱਡ ਰਹੇ ਆ, ਉੱਥੇ ਅਕਾਲ ਤਖ਼ਤ ਵੀ ਆ ਜਿਹੜਾ ਸਾਡਾ ਅਸੀਂ ਸੋ ਕਾਲਡ ਕਹਿੰਦੇ ਆ, ਤੇ ਅਕਾਲ ਦਾ ਤਖ਼ਤ ਆ ਉਹ ਵੀ ਛੱਡ ਰਹੇ ਆ, ਨੌਵੇਂ ਪਾਤਸ਼ਾਹ ਆਉਂਦੇ ਬੂਹਾ ਨੀ ਖੁੱਲਦਾ, ਨਹੀਂ ਆਉਂਦੇ ਮੁੜ ਕੇ ਉਹ। ਸਾਨੂੰ ਸਾਰਾ ਕੁਛ ਛੱਡਣ ਲਈ ਤਿਆਰ ਹੋਣਾ ਪੈਣਾ, ਸਾਨੂੰ ਹਿੰਮਤ ਕਰਕੇ ਕਹਿਣਾ ਪੈਣਾ। ਇਹ ਵੀ ਇਤਿਹਾਸ ਦੇ ਵਿਚ ਆਉਂਦੀ ਆ ਸਾਖੀ ਵੀ ਜਦੋਂ ਨੌਵੇਂ ਪਾਤਸ਼ਾਹ ਦੇ ਟਾਈਮ ਮੱਖਣ ਸ਼ਾਹ ਲਵਾਣੀ ਨੇ ਧੀਰਮੱਲੀਆਂ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਲੈ ਆਂਦਾ, ਉਹਨੇ ਕਿਹਾ ਵੀ ਵਾਪਸ ਕਰਕੇ ਆਓ, ਜੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਸਿੱਖ ਬਣਨਾ ਚਾਹੁੰਦੇ ਆ, ਗੁਰੂ ਬਣਨਾ ਚਾਹੁੰਦੇ ਆ, ਤੇ ਬਣ ਦਿਓ ਉਹਨਾਂ ਨੂੰ। ਬਿਲਕੁਲ, ਸਾਨੂੰ ਇੰਨੀ ਹਿੰਮਤ ਪੜਨੀ ਪੈਣੀ ਆ ਵੀ ਜੇ ਭਾਈਏ ਫਤਿਹ ਦੇ ਨਾਂ ਦੇ ਉੱਤੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਨਾਂ ਦੇ ਉੱਤੇ, ਜਾਂ ਦੋਹਰੇ ਦੇ ਨਾਂ ਦੇ ਉੱਤੇ, ਅਰਦਾਸ ਦੇ ਨਾਂ ਦੇ ਉੱਤੇ ਕਹਿੰਦੇ ਵੀ ਸਿੱਖੀ ਮਹਾਨ ਆ ਸੰਭਾਲ ਲੈਣ, ਨਹੀਂ ਇਹ ਹੋ ਸਕਦਾ। ਅਰਦਾਸ ਜਿਹੜੀ ਆ ਰੱਬ ਦੇ ਅੱਗੇ ਹੁੰਦੀ ਆ, ਗੁਰੂ ਗ੍ਰੰਥ ਸਾਹਿਬ ਰੱਬ ਨਹੀਂ ਹੈਗੇ, ਇਹ ਜਿਹੜਾ ਵਿਧਾਨ ਸਾਨੂੰ ਦੇ ਦਿੱਤਾ ਬਹੁਤ ਖਤਰਨਾਕ ਆ, ਹਿੰਮਤ ਕਰਨੀ ਪੈਣੀ ਆ ਸਾਨੂੰ, ਜਿਹੜਾ ਜੋ ਸਿਸਟਮ ਦੇ ਰਾਹੀਂ ਸਿਸਟਮ ਨੂੰ ਸਮਝ ਕੇ ਲੈਣ ਦੀ ਗੱਲ ਆ। ਅਰਦਾਸ ਜਿਹੜੀ ਆ ਉਹ ਸ਼ੁਕਰਾਨਾ ਆ, ਉਹ ਸ਼ੁਕਰਾਨਾ ਜਿਹੜਾ ਪ੍ਰਮਾਤਮਾ ਅਕਾਲ ਪੁਰਖ ਦੇ ਅੱਗੇ ਕਿਤੇ ਵੀ ਕੀਤਾ ਜਾ ਸਕਦਾ ਆ, ਜਿਸ ਤਰੀਕੇ ਨਾਲ ਰਿਚੁਅਲ ਬਣਾ ਕੇ, ਕਰਮਕਾਂਡ ਕਰਕੇ, ਸਾਡਾ ਪੋਸਚਰ ਬਣਾ ਕੇ, ਇਦਾਂ ਖਾਸ ਤਰ੍ਹਾਂ ਦਾ ਕਰਮਕਾਂਡ ਬਣਾ ਕੇ ਸਾਡੇ ਅੱਗੇ ਰੱਖ ਦਿੱਤਾ, ਸਾਡੇ ਸਿਰ ਮੜ ਦਿੱਤਾ, ਬਹੁਤ ਨੀਵੇਂ ਪਾਸੇ ਨੂੰ ਸਾਨੂੰ ਦਿਨੋ ਦਿਨ ਤਲਕਾਉਂਦਾ ਜਾ ਰਿਹਾ ਆ। ਨਾ ਅਸੀਂ ਸੰਭਲੇ, ਨਾ ਇਸ ਗੱਲੋਂ ਦ੍ਰਿੜ ਹੋਏ, ਨਾ ਆਪ ਆਪਣੇ ਇਰਾਦਿਆਂ ਨੂੰ ਪਖਿਆਇਆ, ਤੇ ਗਰਕਦੇ ਜਾਵਾਂਗੇ।